ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਡਾਕਟਰ ਡਾਕਟਰ ਮੇਸ਼ ਸੁਪਰ ਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਭਾਈ ਰਣਧੀਰ ਸਿੰਘ ਲੁਧਿਆਣਾ ਤੋਂ। ਅੱਜ ਅਸੀਂ ਗੱਲ ਕਰਾਂਗੇ ਪੁਨਰਜੋਤ ਮਿਸ਼ਨ ਦੀ, ਜਿਹੜੇ ਹੈਲਥ ਐਜੂਕੇਸ਼ਨ ਦੀ ਡਰਾਈਵ ਹੈਗੀ ਆ ਉਹਦੇ ਤਹਿਤ। ਅੱਜ ਕੱਲ੍ਹ ਸਮੇਂ 'ਚ ਆਪਾਂ ਵੇਖਦੇ ਪਏ ਹਾਂ ਵੀ ਜਿਵੇਂ ਕੰਪਿਊਟਰ, ਮੋਬਾਈਲ, ਲੈਪਟੋਪ ਬਹੁਤ ਜ਼ਿਆਦਾ ਯੂਜ਼ ਹੋ ਰਿਹਾ ਅਤੇ ਅੱਖਾਂ ਦੇ ਬੁਰੇ ਪ੍ਰਭਾਵ ਪੈ ਰਹੇ ਨੇ, ਉਹਨਾਂ ਬਾਰੇ ਆਪਾਂ ਜਾਣਕਾਰੀ ਸ਼ੇਅਰ ਕਰਾਂਗੇ। ਸੋ ਜਿਹੜੀਆਂ ਆਈ ਪ੍ਰੋਬਲਮ ਜਿਹੜੀਆਂ ਹੈਗੀਆਂ ਕੰਪਿਊਟਰ ਯੂਜ਼ ਕਰਕੇ ਜਿਹੜੀ ਪੈ ਰਹੀਆਂ, ਸਭ ਤੋਂ ਵੱਡੀ ਸਮੱਸਿਆ ਆ ਰਹੀ ਹੈਗੀ ਹੈ, ਉਹਦਾ ਨਾਂ ਹੀ ਆਪਣਾ ਹੈ ਕੰਪਿਊਟਰ ਵਿਜ਼ਨ ਸਿੰਡਰੋਮ। ਜਿਹੜਾ ਕੰਪਿਊਟਰ ਵਿਜ਼ਨ ਸਿੰਡਰੋਮ ਜਿਹਨੂੰ ਆਪਾਂ ਅੱਜ ਡਿਸਕਸ ਕਰ ਰਹੇ ਹਾਂ, ਉਹ ਇੱਕ ਇਸ ਤਰ੍ਹਾਂ ਦੀ ਸਮੱਸਿਆ ਹੈ ਜਿੱਦਾਂ ਆਪਾਂ ਸਰੀਰ ਦਾ ਕੋਈ ਅੰਗ ਵਾਰ ਵਾਰ ਕਿਸੇ ਐਕਟੀਵਿਟੀਜ਼ ਵਾਸਤੇ, ਕਿਸੇ ਖਾਸ ਕੰਮ ਵਾਸਤੇ ਵਰਤਦੇ ਹਾਂ ਅਤੇ ਉਹ ਅੰਗ ਦੇ ਵਿੱਚ ਹੌਲੀ 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 ਡਿਫੋਰਮਿਟੀ ਆ ਜਾਂਦੀ ਹੈ। ਜਦੋਂ ਆਪਾਂ ਅੱਖਾਂ ਦੀ ਅੱਗੇ ਸਮੱਸਿਆ ਹੈ, ਚਸ਼ਮੇ ਲੱਗੇ ਹੋਏ ਨੇ ਜਾਂ ਅੱਖਾਂ ਭਰ ਰਹੀਆਂ, ਜੇ ਆਪਾਂ ਕੰਪਿਊਟਰ ਯੂਜ਼ ਕਰਦੇ ਹਾਂ ਤਾਂ ਇਹੀ ਸਮੱਸਿਆ ਜ਼ਿਆਦਾ ਹੋ ਜਾਂਦੀ ਹੈ। ਖਾਸ ਕਰਕੇ ਜੇ ਜਿਨ੍ਹਾਂ ਨੂੰ ਕਈ ਵਾਰ ਨੇੜੇ ਚਸ਼ਮੇ ਲੋੜ ਹੁੰਦੀ ਹੈ, ਉਹ ਚਸ਼ਮਾ ਲਾਉਂਦੇ ਨਹੀਂ ਹੈਗੇ, ਫਿਰ ਵੀ ਕੰਪਿਊਟਰ ਜਾਂ ਮੋਬਾਈਲ ਨੂੰ ਯੂਜ਼ ਕਰਦੇ ਆ, ਜਾਂ ਫਿਰ ਕਈ ਵਾਰ ਉਹਨਾਂ ਚਸ਼ਮਾ ਲਗਾਇਆ ਹੁੰਦਾ ਆ ਉਹਦਾ ਨੰਬਰ ਸਹੀ ਨਹੀਂ ਹੁੰਦਾ। ਵੈਸੇ ਤਾਂ ਕੋਈ ਸਾਇੰਟੀਫਿਕ ਇੱਦਾਂ ਦਾ ਪਰੂਫ ਨਹੀਂ ਮਿਲਿਆ ਹੈਗਾ ਵੀ ਲੰਬੇ ਟਾਈਮ 'ਤੇ ਕੰਪਿਊਟਰ ਯੂਜ਼ ਕਰਨ ਦੇ ਨਾਲ ਕੋਈ ਅੱਖਾਂ 'ਤੇ ਬਹੁਤ ਭੈੜਾ ਅਸਰ ਹੋਇਆ, ਲੇਕਿਨ ਹਾਂ ਇੰਨਾ ਜ਼ਰੂਰ ਹੈ ਵੀ ਰੈਗੂਲਰ ਯੂਜ਼ ਜਿਹੜਾ ਹੈਗਾ ਆ ਉਹ ਸਾਡੇ ਕੰਪਿਊਟਰ ਯੂਜ਼ ਕਰਨ ਨਾਲ ਸਾਡੇ ਆਈ ਸਟ੍ਰੇਨ ਅਤੇ ਡਿਸਕੰਫਰਟ ਹੋ ਰਿਹਾ ਹੈਗਾ। ਦੂਜੇ ਨੰਬਰ 'ਤੇ ਆਪਾਂ ਗੱਲ ਕਰਾਂਗੇ ਪ੍ਰੋਪਰ ਲਾਈਟਨਿੰਗ। ਡਿਜੀਟਲ ਆਈ ਸਟੇਨ ਜਿਹੜਾ ਹੈਗਾ ਉਹ ਜਦੋਂ ਐਕਸੈਸਿਵ ਬ੍ਰਾਈਟ ਲਾਈਟ ਜਿਹੜੀ ਹੈਗੀ ਹੈ ਜਾਂ ਬਾਹਰ ਖਿੜਕੀ ਤੋਂ ਸਨਲਾਈਟ ਤੋਂ ਆ ਰਹੀ ਹੁੰਦੀ ਹੈ ਜਾਂ ਵਿੰਡੋ ਤੋਂ ਆ ਰਹੀ ਹੁੰਦੀ ਹੈ ਉਹਦੇ, ਜਾਂ ਆਪਣੇ ਇੰਟੀਰੀਅਰ ਵਿੱਚ ਬਹੁਤ ਸਾਰੀ ਲਾਈਟਾਂ ਲਾਈਆਂ ਹੁੰਦੀਆਂ ਨੇ, ਉਹ ਵੀ ਨਾਲ ਜਿਹੜੀ ਹੈਗੀ ਨੇ ਆਪਣੇ ਕੰਪਿਊਟਰ ਵਿਜ਼ਨ ਸਿੰਡਰੋਮ ਨੂੰ ਜ਼ਿਆਦਾ ਵਧਾਉਂਦੀਆਂ ਨੇ। ਜਦੋਂ ਆਪਾਂ ਅੱਖਾਂ ਦੀ ਅੱਗੇ ਸਮੱਸਿਆ ਹੈ, ਚਸ਼ਮੇ ਲੱਗੇ ਹੋਏ ਨੇ ਜਾਂ ਅੱਖਾਂ ਭਰ ਰਹੀਆਂ, ਜੇ ਆਪਾਂ ਕੰਪਿਊਟਰ ਯੂਜ਼ ਕਰਦੇ ਹਾਂ ਤਾਂ ਇਹੀ ਸਮੱਸਿਆ ਜ਼ਿਆਦਾ ਹੋ ਜਾਂਦੀ ਹੈ। ਖਾਸ ਕਰਕੇ ਜੇ ਜਿਨ੍ਹਾਂ ਨੂੰ ਕਈ ਵਾਰ ਨੇੜੇ ਚਸ਼ਮੇ ਲੋੜ ਹੁੰਦੀ ਹੈ, ਉਹ ਚਸ਼ਮਾ ਲਾਉਂਦੇ ਨਹੀਂ ਹੈਗੇ, ਫਿਰ ਵੀ ਕੰਪਿਊਟਰ ਜਾਂ ਮੋਬਾਈਲ ਨੂੰ ਯੂਜ਼ ਕਰਦੇ ਆ, ਜਾਂ ਫਿਰ ਕਈ ਵਾਰ ਉਹਨਾਂ ਚਸ਼ਮਾ ਲਗਾਇਆ ਹੁੰਦਾ ਆ ਉਹਦਾ ਨੰਬਰ ਸਹੀ ਨਹੀਂ ਹੁੰਦਾ। ਸੋ ਆਓ ਆਪਾਂ ਅੱਜ ਗੱਲ ਕਰੀਏ ਆਪਾਂ ਕੰਪਿਊਟਰ ਤੋਂ, ਸਕਰੀਨ ਤੋਂ ਜਿਹੜੀ ਆਪਣੀ ਗਲੇਅਰ ਪੈ ਰਹੀ ਹੁੰਦੀ ਜਾਂ ਆਲੇ ਦੁਆਲੇ ਗਲੇਅਰ ਪੈ ਰਹੀ ਹੈ ਉਹਨੂੰ ਕਿੱਦਾਂ ਬਚਾਅ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਜਿਹੜੀ ਕੰਪਿਊਟਰ ਸਕਰੀਨ ਜਿਹੜੀ ਹੈਗੀ ਹੈ ਉਹਦੇ 'ਤੇ ਆਪਾਂ ਐਂਟੀ ਰਿਫਲੈਕਸ਼ਨ ਕੋਟਿੰਗ ਜਾਂ ਪ੍ਰੋਟੈਕਟਰਸ ਲੱਗਦੀਆਂ ਨੇ, ਜਾਂ ਕੁਛ ਅੱਜ ਕੱਲ੍ਹ ਹਾਈ ਐਂਡ ਕੰਪਿਊਟਰਸ ਹੈਗੇ ਨੇ ਜਿਨ੍ਹਾਂ ਵਿੱਚ ਇਹ ਰੈਟਨਾ ਫਰੈਂਡਲੀ ਉਹਨਾਂ ਵਿੱਚ ਸਿਸਟਮ ਹੁੰਦਾ ਆ ਜਿਹੜੇ ਗਲੇਅਰ ਨੂੰ ਮਿਨੀਮਾਈਜ਼ ਕਰਦੇ ਹੈਗੇ ਆ। ਹੁਣ ਆਪਾਂ ਗੱਲ ਕਰਾਂਗੇ ਵੀ ਆਪਣਾ ਜਿਹੜਾ ਡਿਸਪਲੇ ਹੈਗਾ ਉਹਨੂੰ ਵੀ ਅਪਗ੍ਰੇਡ ਕਰੋ। ਜੇ ਤੁਸੀਂ ਪੁਰਾਣੇ ਕੰਪਿਊਟਰਸ 'ਤੇ ਵਰਕ ਕਰਦੇ ਪਏ ਹਾਂ, ਤੁਸੀਂ ਨਵੇਂ ਡਿਵਾਈਸ ਲਓ ਜਿਹੜੇ ਅੱਜ ਕੱਲ੍ਹ ਲੇਟੈਸਟ ਨੇ ਅਤੇ ਹਾਈ ਰੈਜੂਲੇਸ਼ਨ ਸਕਰੀਨ ਟੈਕਨੋਲੋਜੀ ਹੈਗੀ ਹੈ। ਆਓ ਆਪਾਂ ਜਾਣੀਏ ਵੀ ਆਪਾਂ ਹੁਣ ਕੰਪਿਊਟਰ ਡਿਸਪਲੇ ਨੂੰ ਸੈਟਿੰਗ ਕਿਵੇਂ ਕਰ ਸਕਦੇ ਹਾਂ, ਇਹਨੂੰ ਐਡਜਸਟ ਕਿਵੇਂ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਜਿਹੜੇ ਕੰਪਿਊਟਰ ਜਿਹੜੇ ਆਪਣੇ ਯੂਜ਼ ਕਰਦੇ ਪਏ ਹਾਂ ਉਹਦੇ 'ਚ ਆਈ ਸਟੇਨ ਨੂੰ ਆਪਾਂ ਰੋਕਣਾ ਹੈ, ਜਿਹੜੀ ਫਟੀਕ ਹੈਗੀ ਹੈ ਉਹ 'ਚ ਆਪਾਂ ਕੁਛ ਉਹਨਾਂ ਨੇ ਸੈਟਿੰਗ ਕੁਛ ਕੀਤੀਆਂ ਹੁੰਦੀਆਂ ਨੇ ਉਹਦੇ ਬਾਰੇ ਆਪਾਂ ਗੱਲ ਕਰਾਂਗੇ। ਆਪਾਂ ਹੁਣ ਗੱਲ ਕਰਾਂਗੇ ਕਲਰ ਟੈਂਪਰੇਚਰ ਸਕਰੀਨ ਦੀ। ਜੇ ਪੋਸੀਬਲ ਹੋ ਸਕਦਾ ਤੁਸੀਂ ਆਪਣੇ ਡਿਸਪਲੇ ਸੈਟਿੰਗ ਜਿਹੜੀ ਹੈ ਉਹਨਾਂ ਨੂੰ ਕਲਰ ਟੈਂਪਰੇਚਰ ਆਪਣੇ ਸਕਰੀਨ ਦਾ ਘਟਾ ਲਓ। ਸਾਡੀਆਂ ਅੱਖਾਂ ਜਦੋਂ ਬਲਿੰਕ ਨਹੀਂ ਹੁੰਦੀਆਂ ਸਾਡੀਆਂ ਅੱਖਾਂ ਦੇ ਵਿੱਚ ਕਟੀਅਰ ਫਿਲਮ ਹੁੰਦੀ ਹੈਗੀ ਹੈ ਉਹ ਲੋਸ ਹੋ ਜਾਂਦੀ ਹੈ, ਸਾਡੇ ਹੰਝੂ ਜਿਹੜੇ ਪ੍ਰੋਪਰ ਉੱਤੇ ਅੱਖਾਂ ਦੇ ਉੱਪਰ ਆ ਨਹੀਂ ਸਕਦੇ ਬਲਿੰਕਿੰਗ ਦੀ ਲੋਸ ਹੋਣ ਕਰਕੇ, ਤਾਂ ਅੱਖਾਂ ਦੇ ਵਿੱਚ ਜਿਹੜਾ ਹੈਗਾ ਡਰਾਈਨੈਸ ਅਤੇ ਕੇਵਲ ਸਾਨੂੰ ਹਲਕੀ ਜਿਹੀ ਵਿਜ਼ਨ ਵੀ ਸਾਡੀ ਕਦੇ ਘੱਟ ਗਈ ਕਦੇ ਵੱਧ ਗਈ ਅਤੇ ਆਈ ਡਿਸਕੰਫਰਟ ਹੁੰਦਾ ਹੈ। ਕਿਵੇਂ ਕਰ ਸਕਦੇ ਹਾਂ? ਸੋ ਜਿਹੜੇ ਲੰਬੇ ਟਾਈਮ 'ਤੇ ਕੰਪਿਊਟਰ ਯੂਜ਼ ਕਰਦੇ ਹਾਂ ਜਦੋਂ ਅੱਖਾਂ ਦੇ ਵਿੱਚ ਉਹਨਾਂ ਡਰਾਈਨੈਸ ਹੁੰਦੀ ਹੈਗੀ ਆ ਅਤੇ ਅੱਖਾਂ ਦੇ ਮਸਲਸ ਥੱਕਦੇ ਨੇ, ਤਾਂ ਉਹਨਾਂ ਵਾਸਤੇ ਇੱਕ ਸਪੈਸ਼ਲ ਐਕਸਰਸਾਈਜ਼ ਹੈ, ਉਹਨੂੰ ਆਪਾਂ ਫਾਰਮੂਲਾ ਹੈਗਾ 20-20-20। ਜਿਸ ਜਗ੍ਹਾ 'ਤੇ ਤੁਸੀਂ ਕੰਮ ਕਰ ਰਹੇ ਹੁੰਦੇ ਹਾਂ ਆਪਾਂ ਉਹਨੂੰ ਵਰਕ ਸਟੇਸ਼ਨ ਕਹਿੰਦੇ ਹਾਂ, ਉਹਨੂੰ ਆਪਾਂ ਕੰਪਿਊਟਰ ਵਿਜ਼ਨ ਸਿੰਡਰੋਮ ਜਾਂ ਕੰਪਿਊਟਰ ਆਈ ਸਟ੍ਰੇਨ
ਨਾ ਹੋਵੇ, ਆਪਾਂ ਉਸ ਸਾਰੇ ਵਰਕਸਟੇਸ਼ਨ ਦਾ ਧਿਆਨ ਕਰੀਏ ਵੀ ਕਿਵੇਂ ਆਪਾਂ ਕੰਫਰਟੇਬਲ ਜ਼ੋਨ ਦੇ ਵਿੱਚ ਉਹਨੂੰ ਸੈੱਟ ਕਰੀਏ। ਸਭ ਤੋਂ ਪਹਿਲਾਂ ਜਦੋਂ ਤੁਸੀਂ ਆਪਣੇ ਡਾਕਟਰ ਕੋਲ ਜਾਓ ਤਾਂ ਉਹਨੂੰ ਜ਼ਰੂਰ ਦੱਸੋ ਵੀ ਮੈਂ ਲੰਬੇ ਟਾਈਮ 'ਤੇ ਕੰਪਿਊਟਰ ਯੂਜ਼ ਕਰ ਰਿਹਾ, ਇਸ ਡਿਸਟੈਂਸ 'ਤੇ ਕਰ ਰਿਹਾ, ਇਸ ਪੋਸਚਰ 'ਚ ਕਰ ਰਿਹਾ ਹੈਗਾ, ਤਾਂ ਕਿ ਤੁਹਾਨੂੰ ਸਾਰਾ ਦੇਖ ਕੇ ਤੁਹਾਨੂੰ ਪ੍ਰੋਪਰ ਦੱਸੇ ਵੀ ਤੁਹਾਨੂੰ ਕਿਸ ਤਰ੍ਹਾਂ ਚਸ਼ਮੇ ਲੋੜ ਹੈਗੀ ਹੈ। ਸੋ ਜੇਕਰ ਤੁਹਾਨੂੰ ਇਹ ਲੱਗ ਰਿਹਾ ਵੀ ਤੁਸੀਂ ਲੰਬੇ ਟਾਈਮ ਤੋਂ 2 ਜਾਂ 3 ਘੰਟੇ ਤੋਂ ਵੱਧ ਲਗਾਤਾਰ ਕੰਪਿਊਟਰ ਯੂਜ਼ ਕਰਦੇ ਹਾਂ, ਕੋਈ ਵੀ ਡਿਜੀਟਲ ਜਿਹੜੇ ਆਪਣੇ ਡਿਵਾਈਸਿਸ ਯੂਜ਼ ਕਰਦੇ ਹਾਂ ਜਿਹਦੇ ਵਿੱਚ ਸਕਰੀਨ ਟਾਈਮ ਜ਼ਿਆਦਾ ਹੈਗਾ ਆ, ਤੁਸੀਂ ਆਪਣੇ ਅੱਖਾਂ ਡਾਕਟਰ ਕੋਲ ਇੱਕ ਵਾਰ ਜ਼ਰੂਰ ਜਾਓ। ਸੋ ਤੋਂ ਪਹਿਲਾਂ ਆਪਣਾ ਕੰਪਲੀਟ ਆਈ ਐਗਜ਼ਾਮੀਨੇਸ਼ਨ ਕਰਾਓ, ਉਹਨੂੰ ਦੱਸੋ ਵੀ ਇਸ ਤਰ੍ਹਾਂ ਆਪਾਂ ਯੂਜ਼ ਕਰਦੇ ਹਾਂ, ਤਾਂ ਕਿ ਉਹ ਤੁਹਾਨੂੰ ਪ੍ਰੋਪਰ ਐਡਵਾਈਸ ਤੁਹਾਨੂੰ ਕਰਨਗੇ ਅਤੇ ਕਿਸ ਤਰ੍ਹਾਂ ਆਪਾਂ ਯੂਜ਼ ਕਰਨੀ ਹੈ ਅਤੇ ਪਲੱਸ ਤੁਹਾਡੇ ਗਲਾਸਿਸ ਕਿਸ ਤਰ੍ਹਾਂ ਹੋਣੇ ਚਾਹੀਦੇ ਨੇ। ਸੋ ਕਿਸੇ ਨੂੰ ਕੋਈ ਹੋਰ ਵੀ ਵਧੇਰੇ ਜਾਣਕਾਰੀ ਲੈਣੀ ਹੈਗੀ ਹੈ, ਤੁਸੀਂ ਸਾਡੇ ਹੋਸਪਿਟਲ ਡਾਕਟਰ ਰਮੇਸ਼ ਸੁਪਰ ਸਪੈਸ਼ਲਟੀ ਆਈ ਲੇਅਰ ਸੈਂਟਰ ਪਾਇਰੰਤੀ ਸੀ ਨਗਰ ਸਾਡਾ ਹੈੱਡ ਆਫਿਸ ਹੈਗਾ, ਜਿਹੜਾ ਕਿ ਸਾਡਾ ਇੱਕ ਸੁਪਰ ਸਪੈਸ਼ਲਟੀ ਆਈ ਐਨ ਲੇਅਰ ਸੈਂਟਰ ਹੈਗਾ ਆ, ਜਿਹਦੇ ਵਿੱਚ ਆਪਾਂ ਟਰਸ਼ਰੀ ਆਈ ਕੇਅਰ ਫੈਸਿਲਿਟੀ ਸਾਡੇ ਕੋਲ ਸਾਰੀਆਂ ਨੇ, ਅਤੇ ਸਾਡੇ ਬ੍ਰਾਂਚਿਸ ਹੈਗੀਆਂ ਨੇ ਜਿਹਦੇ ਵਿੱਚ ਡਾਕਟਰ ਰਮੇਸ਼ ਆਈ ਹੋਸਪਿਟਲ ਮਨਸੂਰਾ, ਡਾਕਟਰ ਰਮੇਸ਼ ਸੁਪਰ ਸਪੈਸ਼ਲਟੀ ਆਈ ਲੇਅਰ ਸੈਂਟਰ ਬ੍ਰਾਂਚ ਰਾਏਕੋਟ, ਐਡਵਾਂਸ ਲੁਧਿਆਣਾ ਆਈ ਹੋਸਪਿਟਲ ਕਪੂਰਥਲਾ ਵਿਖੇ ਸਾਡੇ ਡਾਕਟਰ ਸਾਹਿਬਾਨ ਅਤੇ ਆਈ ਕੇਅਰ ਪ੍ਰੋਫੈਸ਼ਨਲਸ ਨੇ, ਤੁਸੀਂ ਉਹਨਾਂ ਕੋਲ ਜਾ ਕੇ ਪ੍ਰੋਪਰ ਚੈੱਕਅਪ ਕਰਵਾ ਕੇ ਐਡਵਾਈਸ ਲੈ ਸਕਦੇ ਹੋ।